ਬਠਿੰਡਾ ਦੇ ਬੀਬੀ ਵਾਲਾ ਚੌਂਕ ਤੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਨੂੰ ਲੈ ਕੇ ਐਨਡੀਆਰਐਫ ਵੱਲੋਂ ਕੱਢੀ ਗਈ ਇੱਕ ਸਾਈਕਲ ਰੈਲੀ। ਇਸ ਮੌਕੇ ਐਨਡੀਆਰਐਫ ਦੇ ਕਮਾਂਡਰ ਨੇ ਬੋਲਿਆ ਗਿਆ ਕਿ ਸਾਡੇ ਵੱਲੋਂ ਇਹ ਐਨਡੀਆਰਐਫ ਕੈਂਪਸ ਤੋਂ ਲੈ ਕੇ ਇਹ ਰੈਲੀ ਬਠਿੰਡਾ ਦੇ ਫੌਜੀ ਚੌਂਕ ਹੁੰਦੀ ਹੋਈ ਵਾਪਸ ਉਸ ਜਗ੍ਹਾ 'ਤੇ ਪਹੁੰਚ ਗਈ ਅਤੇ ਉਹਨਾਂ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਖੂਨਦਾਨ ਕੈਂਪ ਅਤੇ ਬਣ ਮਹਾਂ ਉਤਸਵ 'ਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਤੁਸੀਂ ਦੇਖ ਰਹੇ ਹੋ ਤਸਵੀਰਾਂ, ਇਹ ਬਠਿੰਡਾ ਦੀ ਐਨਡੀਆਰਐਫ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਐਨਡੀਆਰਐਫ ਵੱਲੋਂ ਇੱਕ ਸਾਈਕਲ ਰੈਲੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਨੂੰ ਲੈ ਕੇ ਇਹਨਾਂ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਮੈਂ ਯਹਾਂ ਕਾ ਕਮਾਂਡੈਂਟ ਹੂੰ ਐਨਡੀਆਰਐਫ ਕਾ। ਆਜ ਕੀ ਜੋ ਸਾਈਕਲ ਰੈਲੀ ਹੈ ਵੋ ਆਜ਼ਾਦੀ ਕੇ 75 ਸਾਲ ਵਾਲਨੇ ਕੀ ਵਾਕਾ ਹੈ। ਇਸ ਪੇ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਹੈ, ਜੈਸੇ ਪੇੜ ਕਾ ਲਗਾਨਾ, ਜੈਸੇ ਵਾਲੀਬਾਲ ਮੈਚ ਕਰਨਾ, ਜੈਸੇ ਸਵੱਛਤਾ ਅਭਿਆਨ ਕਰਨਾ, ਆਜ ਕੀ ਸਾਈਕਲ ਰੈਲੀ ਹੈ ਔਰ ਕੁਛ ਪੇਂਟਿੰਗ ਕੰਪਟੀਸ਼ਨਸ ਹੈ, ਕੁਛ ਐਕਸਰਸਾਈਜ਼ ਹੈ ਜੋ ਹਮ ਲੋਕ ਹਿਸਟੋਰੀਕਲ ਪਲੇਸਿਸ ਪੇ ਕਰੇਂਗੇ, ਜੈਸੇ ਯਹਾਂ ਕੇ ਰਜ਼ੀਆ ਸੁਲਤਾਨਾ ਫੋਰਟ ਪੇ ਵੀ ਕਰੇਂਗੇ, ਜਲਿਆਂਵਾਲਾ ਬਾਗ ਮੇ ਵੀ ਕਰੇਂਗੇ ਔਰ ਯਹਾਂ ਪਰ ਕਰੇਂਗੇ ਆਪਣਾ ਫਿਰੋਜ਼ਪੁਰ ਮੇ ਜੋ ਹੁਸੈਨੀਵਾਲਾ ਬਾਰਡਰ ਹੈ ਵਹਾਂ ਵੀ ਕਰੇਂਗੇ। तो ये प्रोग्राम चलता रहेगा अगले साल तक। सर कहाँ से रैली स्टार्ट होकर कहाँ तक समाप्त होगी? ये रैली हमारे कैंप से शुरू हुई है और इस रास्ते से होते हुए फौजी चौक जाएगी, उसके बाद ये हनुमान चौक से होते हुए इसी रास्ते से वापस अपने कैंप पे ख़त्म हो जाएगी। जी तुम चाहते हो कि हर तरह की खबर ताड़े तक पहुँचे तो मेरे चैनल सब्सक्राइब करो और घंटी ऑल ते करो।